ਆਕਾਸ਼ਵਾਣੀ ਖਬਰਾਂ ਨਾਟਿਆਪਾਲ ਸਿੰਘ ਕੋਲਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਕਿਸਾਨਾਂ ਦੀ ਰਾਈਬਾਈ ਚ ਨਵੀਂ ਕਿਸਮਾਂ ਉਗਾਉਣ ਲਈ ਨਵੇਂ ਢੰਗ ਤਰੀਕੇ ਅਪਣਾਉਣੇ ਦਾ ਸੁਝਾਅ ਦਿੱਤਾ ਹੈ। 11 ਕਰੋੜ ਸਵਾ ਵੱਧ ਲੋਕ ਨਸ਼ਾ ਮੁਕਤ ਭਾਰਤ ਅਭਿਆਨ ਕੰਨੀ ਜੁੜੀ ਗਏ ਨੇ। ਵਿਦੇਸ਼ ਸਚਿਵ ਵਿਕਰਮ ਮਿਸਰੀ ਹੋਰੇ ਨੇਪਾਲ ਵਿਚ ਆਪਣੇ ਹਮਰੁਤਬਾ ਕੰਨੇ ਮਲਾਟੀ ਕੀਤੀ ਤੇ ਦਪੱਖੀ ਸਰਬੰਧ ਤੇ ਸਾਥ ਸਹਿਯੋਗ ਹੋਰ ਤਗੜਾ ਕਰਨ ਬਾਰੇ ਚਰਚਾ ਕੀਤੀ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਉਪਰ ਸ਼ੇਅਰ ਬਾਜ਼ਾਰ ਦੀ ਅਸਥਿਰ ਕਰਨ ਲਈ ਸਾਜਿਸ਼ ਕਰਦੇ ਦਾ ਦੋਸ਼ ਲਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਜੇ ਜੰਮੂ ਕਸ਼ਮੀਰ ਦੇ ਲੋਕਾਂ ਆਸਿਆ ਕੱਢੀ ਗਈ ਤਿਰੰਗਾ ਯਾਤਰਾ ਪ੍ਰੇਰਣਾ ਦੇਣ ਵਾਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਰਾਈਬਾਈ ਚ ਸ਼ੋਧ ਤੇ ਨਵੀਆਂ ਕਾਢੇ ਦੀ ਲੋੜ ਉਪਰ ਜ਼ੋਰ ਪਾਇਆ। ਨਵੀਂ ਦਿੱਲੀ ਦੀ ਪੂਸਾ ਥਾਰ ਫਸਲਾਂ ਦੀ 109 ਨਵੀਂ ਕਿਸਮੇ ਦੀ ਜਾਰੀ ਕਰਦੇ ਹੋਏ ਪ੍ਰਧਾਨ ਮੰਤਰੀ ਹੋਰੇ ਆਖਿਆ ਜੇ ਇਹ ਕਿਸਮਾਂ ਰਾਈਬਾਈ ਚ ਨਵੀਆਂ ਕਾਢੇ ਦਾ ਨਤੀਜਾ ਨੇ। ਕਿਸਾਨਾਂ ਕੰਨੇ ਗੱਲਬਾਤ ਮਗਰਾ ਸ੍ਰੀ ਮੋਦੀ ਹੋਰੇ ਆਖਿਆ ਜੇ ਕਿਸਾਨਾਂ ਦੀ ਧਰਤੀ ਮਾਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈ ਤੇ ਉਹ ਆਪਣੀ ਮਰਜ਼ੀ ਕੰਨੇ ਕੀਟਨਾਸ਼ਕਾਂ ਦੀ ਛੋੜੀਏ ਜੈਵ ਖੇਤੀ ਵਾਲੀ ਬੱਖੀ ਵਧਾਰਦੇ ਨੇ। ਉਨੇ ਰਾਈਬਾਈ ਚ ਨਵੀਆਂ ਕਿਸਮਾਂ ਉਗਾਉਣ ਲਈ ਸ਼ੋਧ ਤੇ ਨਵੀਆਂ ਕਾਢੇ ਬਾਰੇ ਵੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਹੋਰੇ ਆਪਣੇ ਤ੍ਰਿਯ ਕਾਰਜਕਾਲ ਵਿਚ ਕਿਸਾਨਾਂ ਦੀ ਭਲੇ ਬਿਹਤਰੀ ਲਈ ਤ੍ਰੈ ਗੁਣਾ ਵੱਧ ਤੇਜ਼ੀ ਕੰਨੇ ਕੰਮ ਕਰਨ ਦੀ ਗੱਲ ਆਖੀ। ਸਮਾਜੀ ਨਿਆਂ ਤੇ ਬਾਗਤਿਆਰੀ ਸਬੰਧੀ ਮੰਤਰਾਲੇ ਨੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਖਿਲਾਫ਼ ਮੁਲਕ ਭਰ ਚ ਇਕ ਵੱਡਾ ਸਗੰਧ ਸਮਾਰੋਹ ਆਯੋਜਿਤ ਕੀਤਾ। ਮਹਿਕਮੇ ਦੇ ਮੰਤਰੀ ਡਾ ਵੀਰਿੰਦਰ ਕੁਮਾਰ ਹੋਰੇ ਨਵੀਂ ਦਿੱਲੀ ਚ ਸਗੰਧ ਚੁੱਕੀ। ਇਸ ਬਾਰੇ ਦਾ ਵਿਸ਼ੇਸਾਰ ਹੈ ਵਿਕਸਿਤ ਭਾਰਤ ਕਾ ਮੰਤਰ, ਭਾਰਤ ਹੋ ਨਸ਼ੇ ਸੇ ਸਵਤੰਤਰ। ਸਗੰਧ ਮਗਰਾ ਲੋਕਾਂ ਦੀ ਸੰਬੋਧਿਤ ਕਰਦੇ ਹੋਏ ਮੰਤਰੀ ਹੋਰੇ ਆਖਿਆ ਜੇ ਅਜੇ ਤੋੜੀ 11 ਕਰੋੜ ਲੋਕ ਨਸ਼ਾ ਮੁਕਤ ਭਾਰਤ ਅਭਿਆਨ ਕੰਨੇ ਜੁੜੀ ਗਏ ਨੇ। ਉਨੇ ਆਖਿਆ ਜੇ ਰਾਜਯ, ਕੇਂਦਰ ਸ਼ਾਸਿਤ ਪ੍ਰਦੇਸ਼, ਕੇਂਦਰੀ ਮੰਤਰਾਲੇ, ਸਕੂਲ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ, ਐਨਸੀਸੀ ਕੈਡਿਟਸ, ਨਹਿਰੂ ਯੁਵਾ ਕੇਂਦਰ ਸੰਗਠਨ ਤੇ ਹੋਰ ਕਈ ਸੰਗਠਨਾਂ ਦੇ 1 ਕਰੋੜ ਲੋਕ ਇਸ ਸਮਾਰੋਹ ਕੰਨੇ ਆਨਲਾਈਨ ਸਰਿਸੇ ਰਾਹੀਂ ਜੁੜੇ ਰਹੇ। ਸਮਾਜੀ ਨਿਆਂ ਤੇ ਬਾਗਤਿਆਰੀ ਮੰਤਰਾਲੇ ਨੇ 15 ਅਗਸਤ 2020 ਚ ਨਸ਼ਾ ਮੁਕਤ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ ਸੀ ਤੇ ਪਰੋਂ ਅਗਸਤ ਚ ਇਸ ਦੀ ਮੁਲਕ ਭਰੇ ਦੇ ਸਭੇ ਜ਼ਿਲ੍ਹੇ ਚ ਲਾਗੂ ਕਰ ਦਿੱਤਾ ਗਿਆ। ਵਿਦੇਸ਼ ਸਚਿਵ ਵਿਕਰਮ ਮਿਸਰੀ ਹੋਰੇ ਨੇਪਾਲ ਦੀ ਵਿਦੇਸ਼ ਮੰਤਰੀ ਡਾ ਆਰਜੂ ਰਾਣਾ ਦੇਓਬਾ ਉਨ੍ਹਾਂ ਕੰਨੇ ਕਾਠਮਾਂਡੂ ਚ ਮਲਾਟੀ ਕੀਤੀ। ਉਨੇ ਆਪਸੀ ਇਤਿਆਲੇ, ਦਪੱਖੀ ਮੁੱਦੇ ਤੇ ਸਭੇ ਖੇਤਰੇ ਚ ਭਾਰਤ ਨੇਪਾਲ ਵਿਚਕਾਰ ਸਰਬੰਧੇ ਕੀ ਔਰ ਤਗੜਾ ਕਰਨ ਬਾਰੇ ਚਰਚਾ ਕੀਤੀ। ਵਿਦੇਸ਼ ਸਚਿਵ ਹੋਰੇ ਨੇਪਾਲ ਦੇ ਵਿਦੇਸ਼ ਸਚਿਵ ਸੇਵਾ ਰਾਮਸਾਲ ਉਨ੍ਹਾਂ ਕੰਨੇ ਵੀ ਮਲਾਟੀ ਕੀਤੀ। ਉਨੇ ਭਾਰਤ ਨੇਪਾਲ ਵਿਚਕਾਰ ਆਪਸੀ ਪ੍ਰਗਤੀ ਦੀ ਹੋਰ ਅੱਗੇ ਵਧਾਉਣ ਬਾਰੇ ਚਰਚਾ ਕੀਤੀ। ਭਾਰਤ ਤੇ ਨੇਪਾਲ ਸਦੀਆਂ ਪੁਰਾਣੀ ਸਭਿਅਤਾ, ਸੰਸਕ੍ਰਿਤੀ ਤੇ ਲੋਕਾਂ ਲੋਕਾਂ ਵਿਚਕਾਰ ਸੰਪਰਕ ਕੀ ਸਾਂਝਾ ਕਰਦੇ ਨੇ। ਦੋਨੇ ਮੁਲਕਾਂ ਵਿਚਕਾਰ ਦਪੱਖੀ ਸਰਬੰਧਾਂ ਚ ਪਿਛਲੇ ਕੁਝ ਬਰੇ ਚ ਹੋਰ ਗਤੀ ਆਈ ਹੈ ਤੇ ਭਾਰਤ ਦੀ ਮਦਦ ਕੰਨੇ ਨੇਪਾਲ ਦੇ ਮੂਲ ਢਾਂਚਾ ਤੇ ਸੰਪਰਕ ਚ ਇਜ਼ਾਫਾ ਹੋਇਆ ਹੈ ਤੇ ਹੋਰ ਪਰਿਯੋਜਨਾ ਵੀ ਸ਼ੁਰੂ ਕੀਤੀ ਗਈਆਂ ਨੇ।
ਵਿਦੇਸ਼ ਮੰਤਰੀ ਡਾ ਜੈਸ਼ੰਕਰ ਅਤੇ ਮਾਲਦੀਵ ਦੇ ਵਿਦੇਸ਼ ਮੰਤਰੀ ਮੂਸਾ ਜ਼ਮੀਰ ਹੋਰੇ 2024 ਸਵਾ 2029 ਵਿਚਕਾਰ ਮਾਲਦੀਵ ਦੇ 1000 ਲੋਕ ਸੇਵਾ ਅਧਿਕਾਰੀਆਂ ਦੀ ਸਮਰਥ ਨਿਰਮਾਣ ਸਬੰਧੀ ਸਹਿਮਤੀ ਪੱਤਰ ਗੀ ਅੱਗੇ ਵਧਾਉਣ ਪਰ ਫੈਸਲਾ ਲਿਆ ਹੈ। ਇਸ ਸਹਿਮਤੀ ਪੱਤਰੇ ਗੀ ਮਾਲਦੀਵ ਦੀ ਰਾਜਧਾਨੀ ਚ ਅੱਗੇ ਵੀ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਇਸ ਸਹਿਮਤੀ ਪੱਤਰੇ ਤਹਿਤ ਭਾਰਤ ਮਾਲਦੀਵ ਦੇ ਲੋਕ ਸੇਵਾ ਅਧਿਕਾਰੀਆਂ ਦੀ ਲੋਕ ਨੀਤੀ ਸ਼ਾਸਨ ਤੇ ਪ੍ਰਸ਼ਾਸਨ ਦੇ ਖੇਤਰ ਵਿਚ ਸਮਰਥ ਗੀ ਵਧਾਉਣ ਲਈ ਸਮਰਥਨ ਦਿੰਦਾ ਰੋਕ ਇਹਦੇ ਕੰਨੇ ਭਾਰਤ ਤੇ ਮਾਲਦੀਵ ਪਸ਼ਕਾਰ ਸਰਬੰਧ ਹੋਰ ਤਗੜੇ ਹੋਣਗਨ। ਇਹ ਖਬਰਾਂ ਤੁਸ ਆਕਾਸ਼ਵਾਣੀ ਪਰ ਸੁਣਾਰਦੇ ਹੋ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਉਪਰ ਭਾਰਤੀ ਸ਼ੇਅਰ ਬਾਜ਼ਾਰ ਕੀ ਅਸਥਿਰ ਕਰਨੇ ਦਾ ਦੋਸ਼ ਲਾਇਆ ਹੈ। ਅੱਜ ਨਵੀਂ ਦਿੱਲੀ ਚ ਮੀਡੀਆ ਕੀ ਜਾਣਕਾਰੀ ਦਿੰਦੇ ਹੋਏ ਬੀਜੇਪੀ ਦੇ ਸੀਨੀਅਰ ਨੇਤਾ ਰਵੀ ਸ਼ੰਕਰ ਪ੍ਰਸਾਦ ਹੋਰੇ ਦੋਸ਼ ਲਾਇਆ ਜੇ ਕਾਂਗਰਸ ਪੂਰੇ ਸ਼ੇਅਰ ਬਾਜ਼ਾਰ ਕੀ ਅਸਥਿਰ ਕਰਨਾ ਤੇ ਲੋਕੇ ਨਿਵੇਸ਼ਕੇ ਦੇ ਪੂੰਜੀਗਤ ਨਿਵੇਸ਼ ਕੀ ਰੋਕਣਾ ਚਾਹੁੰਦੀ ਹੈ। ਉਨੇ ਆਖਿਆ ਜੇ ਉਹ ਵਿਦੇਸ਼ੀ ਮੁਲਕੇ ਥਮਾਂ FII ਤੇ FDI ਨਿਵੇਸ਼ ਕੀ ਰੋਕਣਾ ਚਾਹੁੰਦੀ ਹੈ। ਹਿੰਡਨਬਰਗ ਉਪਰ ਸਵਾਲ ਪੁੱਟਦੇ ਪ੍ਰਸਾਦ ਹੋਰੇ ਦੋਸ਼ ਲਾਇਆ ਜੇ ਹਿੰਡਨਬਰਗ ਵਿਚ ਜਾਰਜ ਸੋਰੇਸ ਨੇ ਰਾਸ ਪੂੰਜੀ ਲਾਈ ਦੀ ਹੈ ਜਿਹੜਾ ਨਿਯਮਿਤ ਵਕਫੇ ਉਪਰ ਭਾਰਤ ਖਿਲਾਫ਼ ਦੁਸ਼ਪ੍ਰਚਾਰ ਫੈਲਾਉਂਦਾ ਹੈ। ਹਿੰਡਨਬਰਗ ਰਿਪੋਰਟ ਬਾਰੇ ਤੇ ਸੇਬੀ ਦੇ ਪ੍ਰਮੁੱਖ ਖਿਲਾਫ਼ ਲਾਏ ਗਏ ਦੇ ਆਰੋਪੀ ਉਪਰ ਕਾਂਗਰਸ ਨੇਤਾ ਪਵਨ ਖੇੜਾ ਹੋਰੇ ਆਖਿਆ ਜੇ ਸੇਬੀ ਹਿੰਡਨਬਰਗ ਆਸਿਆ ਪੁੱਟੇ ਗਏ ਦੇ ਮਾਮਲੇ ਉਪਰ ਨੁਕਤੇ ਸਾਬੇ ਪਰਤਾ ਕੁਸਲੇ ਦੇਗ। ਏਮਸ ਦਿੱਲੀ ਨੇ ਆਖਿਆ ਜੇ ਪੱਛਮ ਬੰਗਾਲ ਦੇ ਆਰਜੀ ਕਾਰ ਮੈਡੀਕਲ ਕਾਲਜ ਵਿਚ ਹੋਏ ਦੀ ਘਟਨਾ ਮਗਰਾ ਰੈਜੀਡੈਂਟ ਡਾਕਟਰ ਦੀ ਰਾਸ਼ਟਰ ਵਿਆਪੀ ਹੜਤਾਲ ਦੇ ਬਾਵਜੂਦ ਆਪਾਤ ਸੇਵਾ ਸਾਮਾਨਿਆ ਢੰਗੇ ਕੰਨੇ ਚਲਾਰਦੀਆਂ ਨੇ। ਇਕ ਬਿਆਨੇ ਚ ਏਮਸ ਦਿੱਲੀ ਨੇ ਆਖਿਆ ਜੇ OPD ਸੇਵਾ ਸਥਿਤੀ ਸਾਮਾਨਿਯ ਉਨੇ ਤੋੜੀ ਥੋੜੇ ਥੋੜੇ ਸਮੇਂ ਲਈ ਜਾਰੀ ਰੋਕ। ਇਨੇ ਆਖਿਆ ਜੇ ਪਹਿਲੇ ਸਵਾ ਅਪਾਇੰਟਮੈਂਟ ਲੈਤੇ ਦੇ ਮਰੀਜ਼ਾਂ ਦਾ ਗੈ ਬਡਲੇ ਪੰਜੀਕਰਨ ਕਰੀਏ ਚੈੱਕਅਪ ਕੀਤਾ ਜਾਗ। RML ਹਸਪਤਾਲ ਨੇ ਵੀ ਮਰੀਜ਼ਾਂ ਦੀ ਸਿਹਤ ਸੰਭਾਲ ਸੇਵਾ ਦੇਣਾ ਜਾਰੀ ਰੱਖਣ ਲਈ ਵੈਕਲਪਿਕ ਰਸਤੇ ਕੱਢੀ ਲੈਤੇ ਨੇ ਤਾਂ ਜੇ ਮਰੀਜ਼ਾਂ ਦੀ ਘੱਟ ਦਿੱਕਤਾਂ ਦਾ ਸਾਹਮਣਾ ਕਰਨਾ ਪਵੇ। ਦਿੱਲੀ ਚ ਸਫਦਰਜੰਗ ਹਸਪਤਾਲ, ਲੇਡੀ ਹਾਰਡਿੰਜ ਮੈਡੀਕਲ ਕਾਲਜ ਤੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਇਲਾਵਾ ਕਈ ਹਸਪਤਾਲ ਅਣਮਿੱਥੇ ਸਮੇਂ ਲਈ ਹੜਤਾਲ ਉਪਰ ਚਲੇ ਗਏ ਨੇ। ਪਿਛਲੇ 3 ਦਿਨੇ ਸਵਾ ਰਾਜਸਥਾਨ ਚ ਓਆਰ ਦੀ ਲਗਾਤਾਰ ਭਾਰੀ ਬਰਖਾ ਕਾਰਨ ਉਥੋਂ ਦੇ ਪੂਰਬੀ ਜ਼ਿਲ੍ਹੇ ਚ ਆਮ ਜਨ ਜੀਵਨ ਚ ਵਿਘਨ ਪੈਦਾ ਰਿਹਾ। ਦੋਸਾ ਜ਼ਿਲ੍ਹੇ ਦੀ ਰਾਮਗੜ੍ਹ, ਪਚਵਾੜਾ, ਕਰੋਲੀ ਦੀ ਸਪੋਤਰਾ ਤੇ ਸਵਈ ਮਾਧੋਪੁਰ ਥਾਰ ਪਿਛਲੇ 24 ਘੰਟੇ ਸਵਾ ਬੜੀ ਭਾਰੀ ਬਰਖਾ ਪਵਾਰਦੀ ਹੈ। ਪਿਛਲੇ 2 ਦਿਨੇ ਚ ਬਰਖਾ ਸਬੰਧੀ ਘਟਨਾਏ ਚ 25 ਸਵਾ ਵੱਧ ਜਣੇ ਮਾਰੇ ਗਏ ਨੇ। ਦੋਸਾ, ਕਰੋਲੀ ਤੇ ਸਵਈ ਮਾਧੋਪੁਰ ਜ਼ਿਲ੍ਹੇ ਚ ਭਾਰੀ ਬਰਖਾ ਕਾਰਨ ਸਿੜਕਾਂ ਜਲ ਥਲ ਹੋਈ ਗਈਆਂ ਨੇ ਤੇ ਕਈ ਥਾਰੇ ਲੋਕ ਫਸੇ ਗਏ ਨੇ। NDRF ਤੇ SDRF ਦੀਆਂ ਟੀਮਾਂ ਗੀ ਰਾਹਤ ਤੇ ਬਚਾਵ ਕੰਮਾਂ ਲਈ ਤੈਨਾਤ ਕੀਤਾ ਗਿਆ ਹੈ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਹੋਰੇ ਵੱਖ ਵੱਖ ਮਹਿਕਮੇ ਦੇ ਮੁਤਲਕਾ ਸਚਿਵਾਂ ਗੀ ਪ੍ਰਭਾਵਿਤ ਖੇਤਰਾਂ ਦਾ ਦੌਰਾ ਲਾਣੇ ਦੇ ਨਿਰਦੇਸ਼ ਦਿੱਤੇ ਨੇ। ਮੁੱਖ ਮੰਤਰੀ ਹੋਰੇ ਵੱਖ ਵੱਖ ਮਹਿਕਮੇ ਦੇ ਅਹਿਲਕਾਰਾਂ ਦੀ ਸਾਂਝੀ ਟੀਮ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਨੇ ਤਾਂ ਜੇ ਰਾਹਤ ਤੇ ਬਚਾਵ ਕੰਮਾਂ ਚ ਤੇਜ਼ੀ ਆਂਦੀ ਜਾ ਸਕੇ। ਤੁਆਈ ਮੌਸਮ ਸਬੰਧੀ
ਮਹਿਕਮੇ ਨੇ ਜੈਪੁਰ, ਦੋਸਾ, ਸਵਾਈ ਮਾਧੋਪੁਰ, ਕਰੋਲੀ ਤੇ ਟੋਂਕ ਜ਼ਿਲ੍ਹੇ ਚ ਭਾਰੀ ਬਰਖਾ ਸਬੰਧੀ ਔਰੇਂਜ ਅਲਰਟ ਵਾਲੀ ਚੇਤਾਵਨੀ ਜਾਰੀ ਕੀਤੀ ਹੈ। ਇਹ ਖਬਰਾਂ ਤੁਸ ਆਕਾਸ਼ਵਾਣੀ ਉਪਰ ਸੁਣਾ ਰਹੇ ਹੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਜੇ ਜੰਮੂ ਕਸ਼ਮੀਰ ਦੇ ਲੋਕਾਂ ਆਸਿਆ ਕੱਢੀ ਗਈ ਤਿਰੰਗਾ ਯਾਤਰਾ ਬੜੀ ਪ੍ਰੇਰਣਾ ਦੇਣ ਵਾਲੀ ਹੈ। ਪ੍ਰਧਾਨ ਮੰਤਰੀ ਹੋਰੇ ਉਪ ਰਾਜਪਾਲ ਮਨੋਜ ਸਿਨਹਾ ਦੇ ਹਰ ਘਰ ਤਿਰੰਗਾ ਅਭਿਆਨ ਦੀ ਬੜਾਵਾ ਦੇਣ ਲਈ ਕੀਤੇ ਗਏ ਯਤਨਾਂ ਦੀ ਵੀ ਸਰਾਹਨਾ ਕੀਤੀ। ਉਪ ਰਾਜਪਾਲ ਮਨੋਜ ਸਿਨਹਾ ਹੋਰੇ ਸ੍ਰੀਨਗਰ ਚ ਤਿਰੰਗਾ ਰੈਲੀ ਚ ਹਿੱਸਾ ਲਿਆ। ਇਸ ਰੈਲੀ ਚ ਜ਼ਾਰਾਬੱਦੇ ਲੋਕਾਂ ਹਿੱਸਾ ਲਿਆ। ਇਹ ਰੈਲੀ ਡਲ ਝੀਲ ਦੇ ਕੰਢੇ ਸਥਿਤ ਬੋਟੈਨੀਕਲ ਗਾਰਡਨ ਥਮਾਂ ਸ਼ੁਰੂ ਹੋਈ ਤੇ ਸ਼ੇਰੇ ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਜਾਈਏ ਸੰਪੰਨ ਹੋਈ। ਇਸ ਮੌਕੇ ਉਪਰ ਬੋਲਦੇ ਹੋਏ ਉਪ ਰਾਜਪਾਲ ਹੋਰੇ ਆਖਿਆ ਜੇ ਹਰ ਘਰ ਤਿਰੰਗਾ ਅਭਿਆਨ ਜੰਮੂ ਕਸ਼ਮੀਰ ਚ ਜਨ ਅਭਿਆਨ ਬਣੀਏ ਉਭਰਿਆ ਹੈ। ਉਨੇ ਆਖਿਆ ਜੇ ਅਸੀਂ ਰਾਸ਼ਟਰੀ ਝੰਡਾ ਘਰ ਆਨਾ ਲੋਚਦਾ ਹੈ ਤੇ ਉਸੀ ਪੂਰੇ ਮਾਨ ਸਨਮਾਨ ਤੇ ਸ਼ਾਨ ਕੰਨੇ ਫਹਿਰਾਨਾ ਲੋਚਦਾ ਹੈ। ਉਨੇ ਤਿਰੰਗਾ ਯਾਤਰਾ ਦੀ ਸਫਲ ਬਣਾਉਣ ਲਈ ਲੋਕਾਂ ਆਸਿਆ ਦਿੱਤੇ ਗਏ ਯੋਗਦਾਨ ਦੀ ਸਰਾਹਨਾ ਕੀਤੀ। ਉਪ ਰਾਜਪਾਲ ਹੋਰੇ ਜੰਮੂ ਕਸ਼ਮੀਰ ਦੇ ਸ਼ਹੀਦਾਂ ਦੀ ਸਮਰਪਿਤ ਮੋਨੋਗ੍ਰਾਫ ਵੀ ਜਾਰੀ ਕੀਤਾ। ਇਸੇ ਚਾਲੀ ਜੰਮੂ ਚ ਵੀ ਤਿਰੰਗਾ ਰੈਲੀ ਕੱਢੀ ਗਈ। ਰੈਲੀ ਗੁਲਸ਼ਨ ਗਰਾਊਂਡ ਥਮਾਂ ਸ਼ੁਰੂ ਹੋਈ ਤੇ ਜੰਮੂ ਦੇ ਵੱਖ ਵੱਖ ਇਲਾਕਿਆਂ ਥਮਾਂ ਆਉਂਦੇ ਹੋਈ ਲੰਘੀ। ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ, ADGP ਆਨੰਦ ਜੈਨ, SSP ਜੰਮੂ ਵਿਨੋਦ ਕੁਮਾਰ, ਡਿਪਟੀ ਕਮਿਸ਼ਨਰ ਸਚਿਨ ਕੁਮਾਰ ਵੈਸ਼ਯ, ਮੁਨਸੀਪਲ ਕਮਿਸ਼ਨਰ ਰਾਹੁਲ ਯਾਦਵ ਤੇ ਹੋਰ ਨੇ ਲੋਕਾਂ ਇਸ ਰੈਲੀ ਚ ਹਿੱਸਾ ਲਿਆ। ਉਪ ਰਾਜਪਾਲ ਮਨੋਜ ਸਿਨਹਾ ਹੋਰੇ ਅੱਜ ਆਖਿਆ ਜੇ ਕੇਂਦਰ ਸ਼ਾਸਤ ਪ੍ਰਦੇਸ਼ ਚ ਲੋਕਾਂ ਦੀ ਹੋਰ ਨੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁਕਾਬਲੇ ਲਗਾਤਾਰ ਸਸਤੀ ਬਿਜਲੀ ਥੋਆ ਕਰਦੀ ਹੈ। ਸ੍ਰੀਨਗਰ ਦੇ SKICC ਚ ਅੱਜ ਇਕ ਸੰਵਾਦਦਾਤਾ ਸੰਮੇਲਨ ਦੀ ਸੰਬੋਧਿਤ ਕਰਦੇ ਹੋਏ LG ਹੋਰੇ ਆਖਿਆ ਜੇ ਜੰਮੂ ਕਸ਼ਮੀਰ ਪ੍ਰਸ਼ਾਸਨ ਦੀ 28,000 ਕਰੋੜ ਰੁਪਏ ਦਾ ਬਿਜਲੀ ਸਬੰਧੀ ਕਰਜ਼ਾ ਵਿਰਾਸਤ ਚ ਥੋਆ ਹਾ। ਉਨੇ ਆਖਿਆ ਜੇ ਉਨਦੇ ਪ੍ਰਸ਼ਾਸਨ ਨੇ ਇਹ ਕਰਜ਼ਾ ਮੁਕਾਈ ਦਿੱਤਾ ਹੈ ਤੇ ਇਹਦੇ ਕੰਨੋ ਕੰਨੀ ਪ੍ਰਦੇਸ਼ ਦੇ ਲੋਕਾਂ ਦੀ ਸਭ ਨੇ ਸ਼ਾ ਸਸਤੀ ਬਿਜਲੀ ਮਿਲਾ ਕਰਦੀ ਹੈ ਤੇ ਪਿਛਲੇ 3 ਵਰੇ ਦੌਰਾਨ ਬਿਜਲੀ ਦੀਆਂ ਦਰਾਂ ਚ ਵਾਧਾ ਵੀ ਨਹੀਂ ਕੀਤਾ ਗਿਆ ਹੈ। ਉਹਾਂ ਉਹਨੇ ਇਹ ਵੀ ਸਪਸ਼ਟ ਕਰ ਦਿੱਤਾ ਜੇ ਲੋਕਾਂ ਦੀ ਸਰਕਾਰੀ ਸੇਵਾਏ ਦੇ ਏਵਜ਼ ਚ ਭੁਗਤਾਨ ਪੱਕ ਗਿਆ ਕਰਨਾ ਪੈਣਾ ਹੈ। ਉਪ ਰਾਜਪਾਲ ਹੋਰੇ ਆਖਿਆ ਜੇ ਬਿਜਲੀ ਚੋਰੀ ਰੋਕਣੇ ਚ ਮੀਟਰ ਲਾਣਾ ਇਕ ਕਾਮਯਾਬ ਗੈਂ ਸਾਬਤ ਹੋਇਆ ਹੈ। ਉਨੇ ਲੋਕਾਂ ਦੀ ਗੁਜ਼ਾਰਿਸ਼ ਕੀਤੀ ਹੈ ਜੇ ਉਹ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੇ ਹਰ ਰੋਜ਼ 24 ਘੰਟੇ ਬਿਜਲੀ ਦੀ ਦਸਤਿਆਬੀ ਯਕੀਨੀ ਬਣਾਈ ਜਾ ਸਕੇ। ਸੰਸਦ ਚ ਪਾਸ ਜੰਮੂ ਕਸ਼ਮੀਰ ਦੇ ਬਜਟ ਬਾਰੇ ਸ੍ਰੀ ਸਿਨਹਾ ਹੋਰੇ ਆਖਿਆ ਜੇ ਬਜਟ ਚ ਵਾਧਾ ਇਹ ਦਰਸਾਉਂਦਾ ਹੈ ਜੇ ਕੇਂਦਰ ਸਰਕਾਰ ਪ੍ਰਦੇਸ਼ ਦੇ ਵਿਕਾਸ ਲਈ ਕਿੰਨੀ ਸੰਜੀਦਾ ਹੈ। ਉਪ ਰਾਜਪਾਲ ਹੋਰੇ ਆਖਿਆ ਜੇ ਉਨ੍ਹਾਂ ਦੇ ਪ੍ਰਸ਼ਾਸਨ ਨੇ ਜੰਮੂ ਕਸ਼ਮੀਰ ਬੈਂਕ ਦੀ ਵੱਡੇ ਕਰਜ਼ੇ ਚ ਬਾਹਰ ਕੱਢੀਏ ਸੀ ਆਮਦਨ ਬਖਸ਼ ਇਦਾਰਾ ਬਣਾਈ ਦਿੱਤਾ ਹੈ। ਆਕਾਸ਼ਵਾਣੀ ਜੰਮੂ ਦੇ ਪ੍ਰਾਦੇਸ਼ਿਕ ਸਮਾਚਾਰ ਏਕਾਂਸ਼ ਆਸਿਆ ਆਪਣੇ ਪ੍ਰਭਾਰੀ ਐਨ ਗੁਲਸ਼ਨ ਰੈਨਾ ਉਨਦੀ ਅਗਵਾਈ ਚ ਏਕ ਪੇੜ ਮਾਂ ਕੇ ਨਾਮ ਅਭਿਆਨ ਤਹਿਤ ਅੱਜ ਵੱਡੇ ਸਤਰ ਉਪਰ ਰੁੱਖ ਬੂਟੇ ਲਾਣੇ ਦਾ ਕਾਰਜਕ੍ਰਮ ਆਯੋਜਿਤ ਕੀਤਾ ਗਿਆ। ਇਸ ਮੌਕੇ ਉਪਰ ਉਨੇ ਆਕਾਸ਼ਵਾਣੀ ਪਰਿਸਰ ਚ ਆਪੋ ਬੂਟਾ ਵੀ ਲਾਇਆ
ਪ੍ਰਾਦੇਸ਼ਿਕ ਸਮਾਚਾਰ ਏਕਾਂਸ਼ ਦੇ ਮੁਲਾਜ਼ਮੇ ਵੀ ਇਸ ਮੌਕੇ ਉਪਰ ਆਪਣੀ ਮਾਂ ਤੇ ਧਰਤੀ ਮਾਤਾ ਦੇ ਸਮਾਨ ਵਿਚ ਫਲੇ ਤੇ ਔਸ਼ਧੀ ਗੁਣੇ ਵਾਲੇ ਬੂਟੇ ਲਾਏ। ਇਸ ਮੌਕੇ ਉਪਰ ਬੋਲਦੇ ਪ੍ਰਾਦੇਸ਼ਿਕ ਸਮਾਚਾਰ ਏਕਾਂਸ਼ ਦੇ ਪ੍ਰਭਾਰੀ ਐਨ ਗੁਲਸ਼ਨ ਰੈਨਾ ਹੋਰੇ ਆਖਿਆ ਜੇ ਵਿਸ਼ਵ ਪਰਿਆਵਰਨ ਦਿਵਸ ਉਪਰ ਏਕ ਪੇੜ ਮਾਂ ਕੇ ਨਾਮ ਅਭਿਆਨ ਕੀ ਸ਼ੁਰੂ ਕਰਵਾਉਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਦੂਰਦਰਸ਼ੀ ਵਿਚਾਰ ਹੈ। ਇਸ ਮੌਕੇ ਸਬਨੇ ਮੁਲਾਜ਼ਮੇ ਬੜੀ ਚੜੀਏ ਇਸ ਅਭਿਆਨ ਵਿਚ ਹਿੱਸਾ ਲੈਤਾ। ਕਾਲੋਈ ਦੀ ਭਾਰੀ ਬਰਖੇ ਦੇ ਚਲਦੇ ਸ੍ਰੀ ਅਮਰਨਾਥ ਜੀ ਦੀ ਯਾਤਰਾ ਕੀ ਅੱਜ ਬਾਲਟਾਲ ਵਾਲੇ ਰਸਤੇ ਥਮਾਂ ਵੀ ਰੋਕਣਾ ਪੈ ਗਿਆ। ਪਹਿਲਗਾਮ ਵਾਲੇ ਰਸਤੇ ਉਪਰ ਜਾਰੀ ਰੱਖ ਰਖਾਵ ਵਾਲੇ ਕੰਮੀ ਕੀ ਦੇਖਦੇ ਹੋਏ ਉਥੇ ਪਹਿਲੇ ਗਏ ਯਾਤਰਾ ਬੰਦ ਰੱਖੀ ਗਈ ਹੈ। ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਬੀ ਕੇ ਵਤੂੜੀ ਹੋਰੇ ਦਸਿਆ ਜੇ ਪਹਿਲਗਾਮ ਤੇ ਬਾਲਟਾਲ ਦੋਨੇ ਰਸਤੇ ਉਪਰ ਭਾਰੀ ਬਰਖਾ ਕਰੀ ਮਰਮਤੀ ਤੇ ਰੱਖ ਰਖਾਵ ਵਾਲੇ ਕੰਮੇ ਦੀ ਬੜੀ ਸਖ਼ਤ ਲੋੜ ਹੈ। ਅੱਜ ਬਾਲਟਾਲ ਥਮਾਂ ਵੀ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਗਈ। 29 ਜੂਨ ਥਮਾਂ ਸ਼ੁਰੂ ਹੋਈ ਇਸ ਯਾਤਰਾ ਦੌਰਾਨ ਅਜੇ ਤੱਕ 5 ਲੱਖ ਸ਼ਾ ਮਤੇ ਸ਼ਰਧਾਲੂ ਸ਼ਿਵੇ ਤੇ ਹਿਮਲਿੰਗ ਰੂਪੇ ਦੇ ਦਰਸ਼ਨ ਕਰੀ ਚੁੱਕੇ ਦਿਨ। ਇਹ ਸਾਲਾਨਾ ਯਾਤਰਾ 19 ਅਗਸਤ ਕੀ ਰੱਖੜ ਪੁੰਨੇ ਵਾਲੇ ਦਿਨ ਸੰਪੰਨ ਹੋਈ ਜਾਗ। ਜੰਮੂ ਕਸ਼ਮੀਰ ਸਰਕਾਰ ਨੇ ਸਰਕਾਰੀ ਮੁਲਾਜ਼ਮੇ ਆਸਿਆ ਆਪੋ ਆਪਣੀ ਜੈਸਾ ਰਿਪੋਰਟ ਜਿਸੀ ਸੈਲਫ ਅਸੈਸਮੈਂਟ ਰਿਪੋਰਟ ਜਾਂ ਸਾਰ ਰਿਪੋਰਟ ਵੀ ਆਖਿਆ ਜਾਂਦਾ ਹੈ ਕਿ ਜਮ੍ਹਾਂ ਕਰਾਉਣ ਦੀ ਖੀਰੀ ਤਰੀਕ ਅਗੜੀ ਵਧਾਈ ਦਿੱਤੀ ਹੈ। ਇਸ ਬਾਰੇ ਜਾਰੀ ਅਧਿਸੂਚਨਾ ਮੁਜਬ ਅਪ੍ਰੈਲ ਕੋਲਾ ਲਈਏ ਜੂਨ 2024 ਤੋੜੀ ਦੀ ਮੁਲਾਜ਼ਮੇ ਦੀ ਕਾਰਕਰਦਗੀ ਬਾਰੇ ਰਿਪੋਰਟ ਜਮ੍ਹਾਂ ਕਰਾਉਣ ਦੀ ਖੀਰੀ ਤਰੀਕ ਵਧਾਈਏ 20 ਅਗਸਤ ਕਰੀ ਦਿੱਤੀ ਗਈ ਹੈ। ਇਸੇ ਚਾਲੀ ਪਹਿਲੀ ਤਿਮਾਹੀ ਦੀ ਸਬੰਧਤ ਰਿਪੋਰਟਿੰਗ ਤੇ ਕੰਟਰੋਲਿੰਗ ਅਫਸਰ ਆਸਿਆ ਨਜ਼ਰਸਾਨੀ ਲਈ ਖੀਰੀ ਤਰੀਕ 30 ਅਗਸਤ 2024 ਤੈਅ ਕੀਤੀ ਗਈ ਹੈ। ਇਹਦੇ ਇਲਾਵਾ ਗੈਰ ਪੰਜੀਕ੍ਰਿਤ ਮੁਲਾਜ਼ਮੇ ਦੀ ਤਾਕੀਦ ਕੀਤੀ ਗਈ ਹੈ ਜੇ ਉਹ ਵੀ ਆਪਣੀ ਨਾਂ ਪੋਰਟਲ ਉਪਰ ਦਰਜ ਕਰਾਈਏ ਆਪਣੀ ਸਾਰ ਰਿਪੋਰਟ ਮਿੱਥੇ ਗਏ ਸਮੇਂ ਦੇ ਅੰਦਰ ਅੰਦਰ ਜਮ੍ਹਾਂ ਕਰਾਈ ਦੇਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਕਰਸਾਨੇ ਗੀ ਰਾਈ ਬਾਈ ਚ ਨਵੀਆਂ ਕਿਸਮਾਂ ਉਗਾਨੇ ਲਈ ਨਵੇਂ ਢੰਗ ਤਰੀਕੇ ਅਪਣਾਉਣ ਦਾ ਸੁਝਾਅ ਦਿੱਤਾ ਹੈ। 11 ਕਰੋੜ ਸਵਾ ਪਦ ਲੋਕ ਨਸ਼ਾ ਮੁਕਤ ਭਾਰਤ ਅਭਿਆਨ ਕੰਨੇ ਜੁੜੀ ਗਏ ਨੇ। ਵਿਦੇਸ਼ ਸਚਿਵ ਵਿਕਰਮ ਮਿਸਰੀ ਹੋਰੇ ਨੇਪਾਲ ਵਿਚ ਆਪਣੇ ਹਮਰੁਤਬਾ ਕੰਨੇ ਮਲਾਟੀ ਕੀਤੀ ਤੇ ਦਪੱਖੀ ਸਰਬੰਧੇ ਤੇ ਸਾਥ ਸਹਿਯੋਗ ਹੋਰ ਤਗੜਾ ਕਰਨ ਬਾਰੇ ਚਰਚਾ ਕੀਤੀ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਉਪਰ ਸ਼ੇਅਰ ਬਾਜ਼ਾਰ ਕੀ ਅਸਥਿਰ ਕਰਨ ਲਈ ਸਾਜਿਸ਼ ਕਰਨ ਦਾ ਦੋਸ਼ ਲਾਇਆ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਜੇ ਜੰਮੂ ਕਸ਼ਮੀਰ ਦੇ ਲੋਕਾਂ ਆਸਿਆ ਕੱਢੀ ਗਈ ਤਿਰੰਗਾ ਯਾਤਰਾ ਪ੍ਰੇਰਣਾ ਦੇਣ ਵਾਲੀ ਹੈ। ਖਬਰਾਂ ਦੇ ਇਸ ਬੁਲੇਟਿਨ ਚ ਬਸ ਇੰਨਾ ਗਿਆ।